ਐਮਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਿਹੜੇ ਆ ਚੋਣ ਮੈਦਾਨ ਚ ਕਿਹਾ ਜਾ ਰਿਹਾ ਕਿ ਉਤਰ ਸਕਦੇ ਨੇ ਬਠਿੰਡਾ ਤੋਂ, ਤਾਂ ਕਿਤੇ ਨਾ ਕਿਤੇ ਕਿਉਂ ਨਾ ਉਤਰਨ ਜੀ, ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਸਰਕਾਰ ਨੇ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਹੈ ਮੁੰਡਾ, ਉਹ ਪਿਓ ਰੋਜ਼ ਮਰਦਾ ਹੈ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਅਤੇ ਜਿਹੜਾ ਸਾਨੂੰ ਇਨਸਾਫ਼ ਮਿਲ ਸਕੇ। ਗੱਲ ਤਾਂ ਆਹ ਦਰਦ ਆ ਉਹਨਾਂ ਅੰਦਰ, ਹੋਰ ਐਮ ਪੀ ਬਣਨ ਦਾ ਉਹਨਾਂ ਨੂੰ ਚਾਹ ਹੈ, ਸਿਰਫ ਉਹਨਾਂ ਨੂੰ ਇਹ ਆ ਵੀ ਇਨਸਾਫ਼ ਮਿਲੇ। ਐਮ ਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਿਹੜੇ ਆ ਚੋਣ ਮੈਦਾਨ 'ਚ ਕਿਹਾ ਜਾ ਰਿਹਾ ਕਿ ਉਤਰ ਸਕਦੇ ਨੇ ਬਠਿੰਡਾ ਤੋਂ, ਤਾਂ ਕਿਤੇ ਨਾ ਕਿਤੇ ਕਿਉਂ ਨਾ ਉਤਰਨ ਜੀ, ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ 'ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਸਰਕਾਰ ਨੇ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ 'ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਹੈ ਮੁੰਡਾ, ਉਹ ਪਿਓ ਰੋਜ਼ ਮਰਦਾ ਹੈ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਅਤੇ ਜਿਹੜਾ ਸਾਨੂੰ ਇਨਸਾਫ਼ ਮਿਲ ਸਕੇ। ਗੱਲ ਤਾਂ ਆਹ ਦਰਦ ਆ ਉਹਨਾਂ ਅੰਦਰ, ਹੋਰ ਐਮ ਪੀ ਬਣਨ ਦਾ ਉਹਨਾਂ ਨੂੰ ਚਾਹ ਹੈ, ਸਿਰਫ ਉਹਨਾਂ ਨੂੰ ਇਹ ਆ ਵੀ ਇਨਸਾਫ਼ ਮਿਲੇ। ਐਮ ਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਿਹੜੇ ਆ ਚੋਣ ਮੈਦਾਨ 'ਚ ਕਿਹਾ ਜਾ ਰਿਹਾ ਕਿ ਉਤਰ ਸਕਦੇ ਨੇ ਬਠਿੰਡਾ ਤੋਂ, ਤਾਂ ਕਿਤੇ ਨਾ ਕਿਤੇ ਕਿਉਂ ਨਾ ਉਤਰਨ ਜੀ, ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ 'ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਸਰਕਾਰ ਨੇ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ 'ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਹੈ ਮੁੰਡਾ, ਉਹ ਪਿਓ ਰੋਜ਼ ਮਰਦਾ ਹੈ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਅਤੇ ਜਿਹੜਾ ਸਾਨੂੰ ਇਨਸਾਫ਼ ਮਿਲ ਸਕੇ। ਗੱਲ ਤਾਂ ਆਹ ਦਰਦ ਆ ਉਹਨਾਂ ਅੰਦਰ, ਹੋਰ ਐਮ ਪੀ ਬਣਨ ਦਾ ਉਹਨਾਂ ਨੂੰ ਚਾਹ ਹੈ, ਸਿਰਫ ਉਹਨਾਂ ਨੂੰ ਇਹ ਆ ਵੀ ਇਨਸਾਫ਼ ਮਿਲੇ। ਐਮ ਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਜਿਹੜੇ ਆ ਚੋਣ ਮੈਦਾਨ 'ਚ ਕਿਹਾ ਜਾ ਰਿਹਾ ਕਿ ਉਤਰ ਸਕਦੇ ਨੇ ਬਠਿੰਡਾ ਤੋਂ, ਤਾਂ ਕਿਤੇ ਨਾ ਕਿਤੇ ਕਿਉਂ ਨਾ ਉਤਰਨ ਜੀ, ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ 'ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਸਰਕਾਰ ਨੇ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ 'ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਹੈ ਮੁੰਡਾ, ਉਹ ਪਿਓ ਰੋਜ਼ ਮਰਦਾ ਹੈ। ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਅਤੇ ਜਿਹੜਾ ਸਾਨੂੰ ਇਨਸਾਫ਼ ਮਿਲ ਸਕੇ। ਗੱਲ ਤਾਂ ਆਹ ਦਰਦ ਆ ਉਹਨਾਂ ਅੰਦਰ, ਹੋਰ ਐਮ ਪੀ ਬਣਨ ਦਾ ਉਹਨਾਂ ਨੂੰ ਚਾਹ ਹੈ, ਸਿਰਫ ਉਹਨਾਂ ਨੂੰ ਇਹ ਆ ਵੀ ਇਨਸਾਫ਼ ਮਿਲੇ।